ਸਲਾਮ ਵਾਲੇ ਕਿਉਂ ਜਨਾਬ ਕੀ ਹਾਲ ਚਾਲ ਹੈ ਠੀਕ ਹੋ ਉਮੀਦ ਕਰਨਾ ਕਿ ਠੀਕ ਹੋਵੋਗੇ ਤੇ ਅੱਜ ਜਨਾਬ ਤੁਹਾਨੂੰ ਵਖਾਨਾ ਵਾ ਕ ਮਾਮਾ ਅਸलम ਐ ਵੀ ਕੰਮ ਕਰਦਾ ਐ ਮੈਨੂੰ ਵੀ ਨਹੀਂ ਪਤਾ ਤੇ ਤੁਹਾਨੂੰ ਵੀ ਨਹੀਂ ਪਤਾ ਕਿ ਮਾਮੇ ਅਸलम ਐ ਵੀ ਕੰਮ ਹੁੰਦਾ ਤੇ ਅੱਜ ਮੈਂ ਤੁਹਾਨੂੰ ਵਖਾਨਾ ਵਾ ਕ ਮਾਮੇ ਅਸलम ਕੋ ਕਿੰਨੇ ਕਫਾਨ ਨੇ ਕਿਹੜਾ ਕਿਹੜਾ ਉਹ ਕੰਮ ਕਰ ਸਕਦਾ ਐ ਤੇ ਅੱਜ ਜਨਾਬ ਨਵਾਂ ਹੀ ਕੰਮ ਕਰਦਾ ਐ ਜਿਹੜਾ ਐ ਓਖਾ ਐ ਤੇ ਨਵਾਂ ਕੰਮ ਪਿਆ ਕਰਦਾ ਤੇ ਮੈਂ ਤੁਹਾਨੂੰ ਵਖਾਨਾ ਵਾ ਅਬੇ ਮਜ਼ਾ ਆਏਗਾ ਨਾ ਭੀੜੋ ਕਿ ਯਾਰ ਮਾਮਾ ਅਸਲਾ ਮੈਂ ਵੀ ਕੰਮ ਕਰ ਸਕਦਾ ਮਾਮੇ ਨੂੰ ਐਦੀ ਵੀ ਜਾਚ ਹੈ ਤੇ ਤੁਹਾਨੂੰ ਵਹਾਂ ਨਾ ਬਗੈਰ ਟਾਈਮ ਦਾ ਆਇਆ ਕਰਦੇ ਹੋ ਤਾਂ ਤੁਹਾਨੂੰ ਮਹਾਨਾ ਕੋ ਮਾਮਾ ਜਨਾਬ ਐਸ ਕੰਮ ਕਿਹੜੇ ਕੰਮ ਲੱਗਿਆ ਤੇ ਆਏ ਵੇਖੋ ਸਾਹਮਣੇ ਮਾਮਾ ਜਨਾਬ ਆਪਣਾ ਦਰਵਾਜ਼ਾ ਬਣਾ ਰਿਹਾ ਵੈਡਿੰਗ ਦਾ ਕੰਮ ਮਾਮਾ ਕਰਦਾ ਐ ਹੀ ਕਰ ਲੈ ਮਾਮੇ ਦੀ ਐਂਦੀ ਗੱਲ ਮਾਮਾ ਜੀ ਵੈਡਿੰਗ ਦਾ ਕੰਮ ਆਉਂਦਾ ਜੇ ਹੈ ਹਾਂ ਹਾਂ ਮਸਤ ਜੋਕ ਮਾਰ ਰਿਹਾ ਇਹ ਹਸ ਰਿਹਾ ਹਲਕਾ ਹੱਸ ਹਾਂਜੀ ਮਾਮਾ ਜੀ ਕੀ ਬਣਾ ਰਹੇ ਹੋ ਮੈਂ ਦਿਮਾਗ ਲਗਾ ਰਹਾ ਹਾਂ ਅਭੀ ਇਹ ਦਰਵਾਜ਼ੇ ਬਣਾਣਾ ਤੇ ਦਰਵਾਜ਼ੇ ਬਣਾਉਂਦੇ ਹੋ ਪੇ ਤੇ ਕੰਮ ਦੀ ਜਾਂਚ ਨਹੀਂ ਆਹੋ ਅੱਛਾ ਜੀ ਕਿੰਨੀ ਦੇਰ ਹੋ ਗਈ ਕੰਮ ਸਿੱਖਿਆ ਮੈਂ ਤਾਂ 5-6 ਘੰਟੇ ਹਮਾਂ ਲਮ ਤੇਰੇ ਬਾਪ ਕੋ ਮੈਂ ਸਿਖਾਇਆ ਚ ਇਹ ਕੀ ਬਣਾ ਰਹੇ ਹੋ ਤੁਸੀਂ ਫਰੇਮ ਬਣਾਣਾ ਦਰਵਾਜ਼ਿਆਂ ਦੇ ਦਰਵਾਜ਼ਿਆਂ ਦੇ ਫਰੇਮ ਬਣਾ ਰਹੇ ਹੋ ਸਹੀ ਹੈ ਤੇ ਹੁਣ ਅੱਗੂ ਕੀ ਕਰਨਾ ਹੈ ਅੱਗੂ ਅੱਗੂ ਕੀ ਕਰਨਾ ਹੈ ਤੂੰ ਕੀ ਕਰੇਗਾ ਅੱਗੂ ਇਹੇ ਕੰਮ ਕਰਾਂਗਾ ਨਹੀਂ ਆ ਫਰੇਮ ਤੇ ਬਣਾ ਲਿਆ ਤੂੰ ਹਾਂ ਤੇ ਅੱਗੂ ਕੀ ਕਰ ਰਹੇ ਹੋ ਅੱਗੂ ਖਿੜਕੀਆਂ ਖਿੜਕੀਆਂ ਬਣਾਉਣੀਆਂ ਖਿੜਕੀਆਂ ਦਾ ਵੀ ਆਰਡਰ ਹੈ ਵੇ ਹਾਂ ਅੱਛਾ ਜੀ ਤੇ ਇਹ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਰਗੜ ਰਿਹਾ ਹੈ ਕੀ ਇਹਨੂੰ ਹਾਂ ਰਗੜ ਰਿਹਾ ਸਹੀ ਹੈ ਤੇ ਇਹ ਕਿੰਨੇ ਫੁੱਟ ਦਾ ਜੀ ਦਰਵਾਜ਼ਾ ਕਿੰਨੇ ਫੁੱਟ ਦਾ ਦਰਵਾਜ਼ਾ 8 ਫੁੱਟ ਦਾ ਅਬੇ ਮਜਾ ਆਏਗਾ ਨਾ ਅੱਛਾ ਜੀ ਤੇ ਸਹੀ ਹੈ ਤੇ ਹੋਰ ਕਿਹੜਾ ਕਿਹੜਾ ਕੰਮ ਆਇਆ ਤੁਹਾਡੇ ਕੋਲ ਔਰ ਕਿਡਾ ਕਿਡਾ ਕੰਮ ਆਇਆ ਹਾਂ ਬੱਡ ਬਣਾਇਆ ਇਹ ਵਾਲਾ ਹਾਂ ਅੱਛਾ ਤੇ ਹੋਰ ਹੋਰ ਵੇ ਅ ਫਿਰ ਕੀ ਨਹੀਂ ਸੀ ਸੀਚੇ ਲਾਣੇ ਨੇ ਛੋੜ ਗਏ ਬਹੁਤ ਬੜਾ ਛੋੜ ਗਏ ਸੀਚੇ ਲਾ ਲੈਨੇ ਗਿੜਕੀਆਂ ਚ ਤੇਰਾ ਕੰਮ ਤੇ ਵੈਲਡਿੰਗ ਦਾ ਉਹ ਤੇ ਉਹ ਵੀ ਕੰਮ ਚ ਕੀਆ ਉਹ ਵੀ ਕੰਮ ਸੀ ਕੀਆ ਸੀਚੇ ਵੀ ਲਾਣੇ ਨੇ ਆ ਸੀਚੇ ਵੀ ਲਾਣੇ ਨੇ ਅੱਛਾ ਉਹ ਇੱਕ ਮੰਜੀ ਵੀ ਪਈ ਏ ਹਾਂ ਮੰਜੀ ਵੀ ਬਿਲਡ ਕਰਾਣੀ ਏ ਕਰਨੀ ਹੈ ਕਰਾਣੀ ਕਿਤੇ ਕਰਾਣੀ ਕਿਤੇ ਕੋਲੋਂ ਕਰਨੀ ਹੈ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਆਪੀ ਕਰਨੀ ਆਪੀ ਕਰਨੀ ਹੈ ਤੇ ਸਹੀ ਹੈ ਅੱਛਾ ਇਹ ਪਲਾਂਟ ਰੱਖਿਆ ਹੈ ਇਹ ਪਲਾਂਟ ਠੀਕ ਹੈ ਚੱਕੀ ਭੜੇ ਆ ਜੇ ਸਮਝ ਰਹੇ ਹੋ ਸਮਝ ਰਹੇ ਹੋ ਆਪ ਇਹ ਡ੍ਰੇਲ ਡ੍ਰੇਲ ਨਹੀਂ ਗ੍ਰੈਂਡਰ ਏ ਤੂੰ ਗ੍ਰੈਂਡਰ ਹਾਂ ਚੰਗਾ ਕੰਮ ਸਿੱਖਿਆ ਤੂੰ ਤੈਨੂੰ ਪਤਾ ਹੀ ਨਹੀਂ ਇਹਦਾ ਕੀ ਨਾਮ ਏ ਗ੍ਰੈਂਡਰ ਗਜਬ ਬੇਇੱਜ਼ਤੀ ਹੈ ਗ੍ਰੈਂਡਰ ਇਹਦੇ ਨਾਲ ਕੀ ਕਰੀਦਾ ਇਹਦੇ ਨਾਲ ਐ ਜਿਹੜਾ ਹੈ ਨਾ ਕਿਹੜੀਆਂ ਕਿਹੜੀਆਂ ਅੱਛਾ ਇਹ ਪਲੇਨ ਕਰੀਏ ਪਲੇਨ ਕਰੀਏ ਸਹੀ ਹੋ ਗਿਆ ਬੜੀ ਗੱਲ ਹੈ ਕਿੰਨੇ ਪੈਸੇ ਲੈਣੇ ਨੇ ਦਰਵਾਜ਼ੇ ਦੇ ਪੈਸੇ ਲੈਣੇ ਨੇ ਕੋਈ ਉਹ 50000 ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਉਹ 50000 ਦਾ ਦਰਵਾਜ਼ਾ ਐਡਾ ਮਹਿੰਗਾ ਕਿਉਂ ਮਹਿੰਗਾ ਹੈ ਫਟੀਆਂ ਨਹੀਂ ਹੈ ਜੋਰ ਜੋਰ ਤੇ ਬੋਲ ਕੇ ਲੋਕੋ ਕੋ ਸਕੀਮੇ ਬਤਾ ਦੇ ਫੱਟੀਆਂ ਮਹਿੰਗੀਆਂ ਨੇ ਲੋਹੇ ਦੀਆਂ ਬੜੀ ਗੱਲ ਹੈ ਯਾਰ ਵੈਸੇ ਮੈਂ ਤਾਂ ਪਹਿਲੀ ਵਾਰੀ ਵੇਖਿਆ ਕਿ ਤੂੰ ਹੈਲਡਿੰਗ ਦਾ ਕੰਮ ਕਰਨਾ ਹੈ ਕਿਹਦਾ ਲੱਗਾ ਮੇਰਾ ਮਜ਼ਾਕ ਲੋ ਜਨਾਬ ਤੁਹਾਨੂੰ ਮੈਂ ਵਹਾ ਛੜਿਆ ਠੀਕ ਹੈ ਮਾਮਾ ਸਿੰਘ ਜਿਹੜਾ ਕੰਮ ਪਿਆ ਕਰਦਾ ਸੀ ਬੈਲਡਿੰਗ ਦਾ ਤੇ ਉਹ ਆਪਣੇ ਆਰੇ ਲੱਗਾ ਏ ਤੇ ਅਸੀਂ ਆ ਕੇ ਚਲੋ ਤੁਹਾਨੂੰ ਵੀ ਵਹਾ ਦੀ ਕਿ ਮਾਮੇ ਕੋਲ ਐ ਵੀ ਫਨ ਹੈ ਮਾਮਾ ਵੀ ਕੰਮ ਕਰ ਲੈਂਦਾ ਠੀਕ ਹੈ ਐਦਨ ਵਹਾਣਾ ਸੀ ਜਨਾਬਾ ਤੁਹਾਨੂੰ ਵਹਾ ਦਿੱਤਾ ਹੈ ਖਤਮ ਬਾਏ ਬਾਏ ਟਾਟਾ